ਚਿੰਦਾ ਸ਼ਿੰਦਾ ਨੋ ਪਾਪਾ ਫਿਲਮ ਪਰਸੋਂ ਯਾਨੀ ਕਿ 10 ਮਈ 2024 ਨੂੰ ਹੋਵੇਗੀ ਰਿਲੀਜ਼। ਫਿਲਮ ਨੂੰ ਵੇਖਣ ਦੇ ਬਹੁਤ ਸਾਰੇ ਰੀਜ਼ਨਸ ਨੇ, ਵੈਲ ਕੁਝ ਰੀਜ਼ਨਸ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਨੂੰ ਵੇਖਣ ਦੇ ਕੁਝ ਖਾਸ ਰੀਜ਼ਨਸ ਲਈ ਡੈਡੀਕੇਟਡ ਹੈ ਇਹ ਵੀਡੀਓ। ਸਭ ਤੋਂ ਪਹਿਲਾਂ ਤੇ ਮੇਨ ਰੀਜ਼ਨ ਹੈ ਇਸ ਫਿਲਮ ਦੀ ਕਹਾਣੀ। ਇਸ ਫਿਲਮ ਦੀ ਕਹਾਣੀ ਕੁਝ ਅਜਿਹਾ ਦਰਸਾਉਂਦੀ ਹੈ ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਨਾਲ ਦੀ ਨਾਲ ਬਾਲੀਵੁੱਡ ਦੇ ਵਿੱਚ ਵੀ ਇੱਕ ਅਨਟੱਚ ਟੌਪਿਕ ਹੈ। ਯਾਨੀ ਕਿ ਅੱਜ ਤੱਕ ਇਸ ਟੌਪਿਕ ਦੇ ਉੱਤੇ ਇੱਕ ਫੁੱਲ ਡੈਡੀਕੇਟਡ ਫਿਲਮ ਨਹੀਂ ਬਣੀ ਹੈ, ਜੋ ਕਿ ਸ਼ਿੰਦਾ ਸ਼ਿੰਦਾ ਨੋ ਪਾਪਾ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਸਾਨੂੰ ਆਪਣੇ ਬੱਚਿਆਂ ਨੂੰ ਕੁੱਟਣਾ ਚਾਹੀਦਾ ਹੈ ਜਾਂ ਫਿਰ ਨਹੀਂ, ਤੇ ਬੱਚਿਆਂ ਦਾ ਕੀ ਪਰਸਪੈਕਟਿਵ ਹੁੰਦਾ ਹੈ ਜਾਂ ਫਿਰ ਪੇਰੈਂਟਸ ਦਾ ਕੀ ਪੁਆਇੰਟ ਆਫ ਵਿਊ ਹੁੰਦਾ ਹੈ, ਤੇ ਪੰਜਾਬ ਤੇ ਕੈਨੇਡਾ ਦੀ ਪੇਰੈਂਟਿੰਗ ਦੇ ਵਿੱਚ ਕੀ ਕੁਝ ਡਿਫਰੈਂਟ ਹੈ, ਕਿੱਦਾਂ ਲਾਜ਼ ਇੰਟਰਫੇਅਰ ਕਰਦੇ ਨੇ। ਸੋ ਇਹ ਵੇਖਣਾ ਕਾਫੀ ਜ਼ਿਆਦਾ ਇੰਟਰਸਟਿੰਗ ਹੋਵੇਗਾ। ਕੁਝ ਅਜਿਹੀਆਂ ਸਿਚੁਏਸ਼ਨਸ ਨੂੰ ਦਰਸਾਉਂਦੀ ਹੈ ਇਹ ਕਹਾਣੀ। ਤੇ ਦੂਜੇ ਪਾਸੇ ਗੱਲ ਕਰੀਏ ਦੂਜੇ ਮੇਨ ਰੀਜ਼ਨ ਦੀ, ਤੇ ਇਸ ਦਾ ਸੈਕਿੰਡ ਮੇਨ ਰੀਜ਼ਨ ਹੈ ਇਸ ਫਿਲਮ ਦੀ ਸਟਾਰ ਕਾਸਟ। ਫਿਲਮ ਦੇ ਵਿੱਚ ਸਾਨੂੰ ਵਰਸੈਟਾਈਲ ਐਕਟਰ, ਮਲਟੀ ਟੈਲੈਂਟਡ ਗਿੱਪੀ ਗਰੇਵਾਲ ਨਜ਼ਰ ਆ ਰਹੇ ਨੇ ਮੇਨ ਲੀਡ ਪਲੇ ਕਰਦੇ ਹੋਏ, ਤੇ ਉਹਨਾਂ ਦੇ ਆਪੋਜ਼ਿਟ ਸਾਨੂੰ ਨਜ਼ਰ ਆ ਰਹੇ ਨੇ ਟੈਲੀਵਿਜ਼ਨ ਦੀ ਕੁਈਨ ਹੀਨਾ ਖਾਨ। ਯਾਨੀ ਕਿ ਗਿੱਪੀ ਗਰੇਵਾਲ ਤੇ ਹੀਨਾ ਖਾਨ ਦੀ ਜੋੜੀ ਸਾਨੂੰ ਫਿਲਮ ਦੇ ਵਿੱਚ ਨਜ਼ਰ ਆ ਰਹੀ ਹੈ, ਤੇ ਅਜਿਹਾ ਪਹਿਲੀ ਵਾਰ ਹੋਣ ਵਾਲਾ ਹੈ ਕਿ ਸਾਨੂੰ ਗਿੱਪੀ ਗਰੇਵਾਲ ਤੇ ਹੀਨਾ ਖਾਨ ਦੀ ਜੋੜੀ ਵੇਖਣ ਨੂੰ ਮਿਲੇ। ਜੀ ਹਾਂ, ਗਿੱਪੀ ਗਰੇਵਾਲ ਤੇ ਹੀਨਾ ਖਾਨ ਪਹਿਲੀ ਵਾਰ ਇੱਕ ਦੂਜੇ ਦੇ ਆਪੋਜ਼ਿਟ ਨਜ਼ਰ ਆ ਰਹੇ ਨੇ, ਤੇ ਹੀਨਾ ਖਾਨ ਦਾ ਇਸ ਫਿਲਮ ਦੇ ਜ਼ਰੀਏ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਵੀ ਹੋ ਰਿਹਾ। ਵੈਲ, ਸ਼ਿੰਦਾ ਗਰੇਵਾਲ ਵੀ ਫਿਲਮ ਦੇ ਵਿੱਚ ਸਾਨੂੰ ਮੇਨ ਲੀਡ ਪਲੇ ਕਰਦੇ ਹੋਏ ਨਜ਼ਰ ਆ ਰਹੇ ਨੇ, ਤੇ ਸ਼ਿੰਦਾ ਗਰੇਵਾਲ ਦੀ ਐਕਟਿੰਗ ਤੋਂ ਅਸੀਂ ਸਾਰੇ ਹੀ ਵਾਕਿਫ ਹਾਂ। ਸੋ ਥਰਡ ਮੇਨ ਰੀਜ਼ਨ ਹੈ ਇਸ ਫਿਲਮ ਦੀ ਡਾਇਰੈਕਸ਼ਨ। ਅਮਰਪ੍ਰੀਤ ਜੀ ਐਸ ਛਾਬੜਾ ਦੇ ਵੱਲੋਂ ਡਾਇਰੈਕਟ ਕੀਤੀ ਗਈ ਹੈ, ਤੇ ਉਹਨਾਂ ਦੀਆਂ ਫਿਲਮਾਂ ਲੋਕਾਂ ਨੂੰ ਕਾਫੀ ਚੰਗੀਆਂ ਲੱਗਦੀਆਂ ਨੇ। ਤੇ ਚੌਥਾ ਰੀਜ਼ਨ ਹੈ ਨਰੇਸ਼ ਕਥੂਰੀਆ, ਜਿਨ੍ਹਾਂ ਨੇ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ। ਆਲਰੇਡੀ ਪੰਜਾਬੀ ਇੰਡਸਟਰੀ ਦੇ ਵਿੱਚ ਚੰਗਾ ਕੰਮ ਕਰ ਚੁੱਕੇ ਨੇ ਐਜ਼ ਅ ਫਿਲਮ ਰਾਈਟਰ, ਇੱਕ ਐਸਟੈਬਲਿਸ਼ਡ ਨਾਮ ਹੈ ਨਰੇਸ਼ ਕਥੂਰੀਆ ਦਾ। ਫਿਫਥ ਮੇਨ ਰੀਜ਼ਨ ਦੀ ਗੱਲ ਕਰੀਏ ਤੇ ਇਸ ਫਿਲਮ ਦੇ ਟ੍ਰੇਲਰ ਤੇ ਮਿਊਜ਼ਿਕ ਨੂੰ ਕਾਫੀ ਪਿਆਰ ਮਿਲ ਰਿਹਾ ਹੈ, ਜਿਸ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਫਿਲਮ ਨੂੰ ਵੀ ਕਾਫੀ ਜ਼ਿਆਦਾ ਪਿਆਰ ਮਿਲਣ ਵਾਲਾ ਹੈ। ਫਿਲਮ ਦੇ ਗੀਤਾਂ ਨੂੰ, ਫਿਰ ਚਾਹੇ ਉਹ ਡਿਸਕੋ ਗੀਤ ਹੋਵੇ ਜਾਂ ਫਿਰ ਟਾਈਟਲ ਟਰੈਕ, ਇਹਨਾਂ ਗੀਤਾਂ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਸੋ ਉਮੀਦ ਕਰਦੇ ਹਾਂ ਕਿ ਫਿਲਮ ਨੂੰ ਵੀ ਇੰਨਾ ਹੀ ਪਿਆਰ ਮਿਲੇ। ਤੇ ਛੇਵਾਂ ਮੇਨ ਰੀਜ਼ਨ ਹੈ ਕਿ ਇਸ ਫਿਲਮ ਦੀ ਪ੍ਰਮੋਸ਼ਨ ਵੀ ਕਾਫੀ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ, ਤਾਂ ਕਿ ਵਾਈਡ ਰੇਂਜ ਆਫ ਆਡੀਅੰਸ ਤੱਕ ਇਸ ਫਿਲਮ ਦੀ ਗੱਲਬਾਤ ਪਹੁੰਚ ਸਕੇ ਤੇ ਫਿਲਮ ਨੂੰ ਵੇਖਣ ਵੀ ਲੋਕ ਜਾ ਸਕਣ। ਸੋ ਫਿਲਮ ਨੂੰ ਵਰਲਡ ਵਾਈਡ ਰਿਲੀਜ਼ ਵੀ ਕਾਫੀ ਸਾਰੀਆਂ ਸਕਰੀਨਸ ਦੇ ਉੱਤੇ ਕੀਤਾ ਜਾ ਰਿਹਾ ਹੈ, ਤੇ ਇਹ ਫਿਲਮ ਕੈਨੇਡਾ ਦੇ ਵਿੱਚ ਰਿਲੀਜ਼ ਹੋਣ ਵਾਲੀ ਵਾਈਡੈਸਟ ਪੰਜਾਬੀ ਫਿਲਮ ਬਣਨ ਵਾਲੀ ਹੈ। ਯਾਨੀ ਕਿ 70 ਸਿਨੇਮਾਜ਼ ਦੇ ਵਿੱਚ 70 ਲੋਕੇਸ਼ਨਸ ਦੇ ਉੱਤੇ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ ਕੈਨੇਡਾ ਦੇ ਵਿੱਚ। ਬਾਕੀ ਓਵਰਸੀਜ਼ ਤੇ ਪੰਜਾਬ ਨੂੰ ਮਿਲਾ ਕੇ ਕਈ ਸਾਰੀਆਂ ਸਕਰੀਨਸ ਇਸ ਫਿਲਮ ਦੇ ਹਿੱਸੇ ਆਈਆਂ ਨੇ। ਸੋ ਇਹ ਨਹੀਂ ਕੁਝ ਰੀਜ਼ਨ ਫਿਲਮ ਨੂੰ ਵੇਖਣ ਦੇ, ਤੁਹਾਡਾ ਕੀ ਰੀਜ਼ਨ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।